लाल तुझ बिन कौन करे। ऐसी लाल तुझ बिन कौन करे जी, ऐसी लाल तुझ बिन कौन करे। गरीब नवाज गुसैया मेरा, गरीब नवाज गुसैया मेरा, माथे छतर तरे। ऐसी लाल तुझ बिन कौन करे जी, ऐसी लाल। जगत को लागे काफिर तो ही धरे, काफिर तो ही धरे, काफिर तो ही धरे। जाकी छोत जगत को लागे काफिर तो ही धरे। नीचो ऊंच करे मेरा गोविंद, नीचो ऊंच करे मेरा गोविंद, काहू ते ना डरे। ऐसी लाल तुझ बिन कौन करे जी, ऐसी कबीर त्रिलोचन सदना सैन धरे, सदना सैन धरे, सदना सैन धरे। नाम देव जी कबीर त्रिलोचन सदना सैन धरे। कहे रविदास सुनो रे संतो, कहे रविदास सुनो रे संतो, ऐ जियो सबे तरे। ऐसी लाल तुझ बिन कौन करे जी, ऐसी तन 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 गुरु रविदास तेरे चरण में तो पीवा। तन 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 गुरु रविदास तेरे चरण में तो पीवा, चरण में तो पीवा, चरण में तो पीवा। मैनेजमेंट कमेटी वालों
ਤੇ ਆਸਟ੍ਰੇਲੀਆ ਦੀ ਸਮੂਹ ਸਾਧ ਸੰਗਤ ਵੱਲੋਂ ਮਹਾਰਾਜ ਜੀ ਦਾ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਤੇ ਕੋਟਨ ਕੋਟ ਧੰਨਵਾਦ ਕਰਦਾ ਹਾਂ। ਤੇ ਨਾਲ ਹੀ ਸਾਧ ਸੰਗਤ ਜੀ ਅੱਜ ਉਹਨਾਂ ਦੇ ਨਾਲ ਸਤਿਕਾਰਯੋਗ ਪ੍ਰਿਤਪਾਲ ਜੀ ਤੇ ਹਰਵਿੰਦਰ ਜੀ ਜਿਹੜੇ ਕਿ ਵਿਸ਼ੇਸ਼ ਤੌਰ ਤੇ ਇੰਡੀਆ ਤੋਂ ਪਹੁੰਚੇ ਨੇ, ਉਹਨਾਂ ਦਾ ਵੀ ਇੱਥੇ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਤੇ ਕੋਟਨ ਕੋਟ ਧੰਨਵਾਦ ਕਰਦਾ ਹਾਂ। ਤੇ ਸਭ ਤੋਂ ਵੱਧ ਜਿਹੜਾ ਹੈ ਸ਼ੁਕਰੀਆ ਮੇਰੇ ਵੱਡੇ ਵੀਰ ਚੇਅਰਮੈਨ ਸ਼੍ਰੀ ਗੁਰੂ ਰਵਿਦਾਸ ਸਭਾ ਸੈਣੀ ਵਲਜਿੰਦਰ ਰਤਨ ਜੀ ਦਾ ਹੈ, ਜਿਹਨਾਂ ਨੇ ਆਪਣਾ ਉਪਰਾਲਾ ਕਰਕੇ ਜਿਹੜਾ ਹੈ ਮਹਾਂਪੁਰਸ਼ਾਂ ਦੇ ਦਰਸ਼ਨ ਕਰਨ ਦਾ ਸੁਭਾਗ ਜਿਹੜਾ ਹੈ ਉਹ ਮੈਲਬੋਰਨ ਦੀਆਂ ਸੰਗਤਾਂ ਨੂੰ ਦਿੱਤਾ ਹੈ। ਤੇ ਮੈਂ ਨਾਲ ਹੀ ਅੱਜ ਗੁਰੂ ਘਰ ਦੇ ਵਿੱਚ ਜਿਹੜਾ ਵੈਲਕਮ ਸਾਡੇ ਕੀਰਤਨੀ ਜਥਾ ਜਿਹੜਾ ਹੈ ਸਰਦਾਰ ਅਵਤਾਰ ਸਿੰਘ ਜੀ ਤੇ ਮਨਜੀਤ ਸਿੰਘ ਜੀ ਤੇ ਸੇਵਾ ਸਿੰਘ ਜੀ ਜਿਹੜੇ ਕਿ ਇੰਡੀਆ ਤੋਂ ਇਸੇ ਵੀਕ ਸਾਡੇ ਕੋਲ ਪਹੁੰਚੇ ਨੇ, ਉਹਨਾਂ ਦਾ ਵੀ ਗੁਰੂ ਘਰ ਦੇ ਵਿੱਚ ਪਹੁੰਚਣ ਤੇ ਕੋਟ ਕੋਟ ਧੰਨਵਾਦ ਕਰਦਾ। ਸਤਿ ਸੰਗਤ ਜੀ, ਉਹ ਮੈਂ ਹੁਣ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਬੇਨਤੀ ਕਰਾਂਗਾ ਸੰਤਾਂ ਨੂੰ ਕਿ ਉਹ ਆ ਕੇ ਸੰਗਤਾਂ ਨੂੰ ਜਿਹੜਾ ਹੈ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਬਾਣੀ ਦੇ ਨਾਲ ਜੋੜਨ। ਗੁਰੂ ਰਵਿਦਾਸ ਮਹਾਰਾਜ ਜੀ ਦਾ ਇਹ ਪਾਵਨ ਸ਼ਬਦ ਜੋ ਉਚਾਰਨ ਕੀਤਾ ਹੋਇਆ ਸੰਗਤਾਂ ਸਰਵਣ ਕਰ ਰਹੇ ਸੀ, ਆਓ ਜੋ ਅਗਲਾ ਪ੍ਰੋਗਰਾਮ ਜੋ ਆਪਣੇ ਸੈਕਟਰੀ ਸਾਹਿਬ ਜੀ ਸੰਗਤਾਂ ਦੱਸਣਗੇ, ਆਓ ਉਹਨਾਂ ਪਾਸੋਂ ਆਪਾਂ ਵਿਚਾਰ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਆਪ ਜੀ ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੇ ਵਿੱਚੋਂ ਪਾਵਨ ਸ਼ਬਦ ਸਰਵਣ ਕਰ ਰਹੇ ਸੀ ਗੁਰੂ ਪਿਆਰੇ ਬਸ। ਸੋ ਆਪ ਕੁਝ ਸਮਾਂ ਸਤਿਗੁਰਾਂ ਦੇ ਚਰਨਾਂ ਨਾਲ ਜੁੜ ਕੇ ਸਤਸੰਗ ਕੀਰਤਨ ਦੀ ਹਾਜ਼ਰੀ ਕਰੀਏ। ਦਸ ਬੇਨਤੀ ਕਰੇ ਜਿਤਨਾ ਕੁ ਸਮਾਂ ਆਪਣੇ ਕੋਲ ਸਤਸੰਗ ਦਾ ਹੈ ਇਸ ਸਮੇਂ ਨੂੰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਲਾਉਣ ਦਾ ਯਤਨ ਕਰੀਏ। ਸਤਿਗੁਰ ਦੇ ਦਰੋਂ ਜੇ ਬਖਸ਼ਿਸ਼ ਲੈਣੀ ਹੈ ਤਾਂ ਉਹਦੇ ਨਾਲ ਪ੍ਰੀਤ ਪਾਉਣੀ ਸਭ ਤੋਂ ਵੱਡੀ ਗੱਲ ਹੈ। ਜਿੰਨਾ ਕੁ ਟਾਈਮ ਆਪਣੇ ਕੋਲ ਹੈ ਆਪਣੀ ਸੁਰਤੀ ਵਿਅਕਤੀ ਨੂੰ ਸਤਿਗੁਰ ਦੇ ਚਰਨਾਂ ਨਾਲ ਜੋੜੀਏ, ਕਿਉਂਕਿ ਸਤਿਗੁਰ ਦਾਤਾ ਹੈ। ਦੁਨੀਆਂ ਦੇ ਸਾਰੇ ਖਜ਼ਾਨੇ ਮੇਰੇ ਸਤਿਗੁਰ ਦੇ ਚਰਨਾਂ ਵਿੱਚ, ਆਓ ਉਹਦੇ ਨਾਲ ਆਪਣੀ ਪ੍ਰੀਤ ਜੋੜ ਕੇ ਉਹਦੇ ਕੋਲੋਂ ਆਪਾਂ ਇਹ ਖਜ਼ਾਨੇ ਅਮੋਲਕ ਦਾਤ ਨਾਮ ਦੀ ਦਾਤ ਨੂੰ ਪ੍ਰਾਪਤ ਕਰ ਸਕਦੇ ਹਾਂ। ਸੋ ਸਤਸੰਗ ਜੀ ਦਸ ਬੇਨਤੀ ਕਰ ਰਿਹਾ ਹੈ, ਸਤਿਗੁਰੂ ਜੀ ਬਾਣੀ ਵਿੱਚ ਆਪ ਹੀ ਫਰਮਾ ਕੇ ਦੱਸਦੇ ਨੇ ਕਿ ਸਤਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੁ ਮਖੀਰਾ। ਸਤਸੰਗਤ ਦੇ ਨਾਲ ਇਤਨਾ ਗਹਿਰਾ ਭਾਵ ਜੋੜਨਾ ਚਾਹੀਦਾ ਹੈ, ਅੰਤਰ ਆਤਮੇ ਨੂੰ ਇੰਨਾ ਮਜੋਰ ਕਰਕੇ ਸਤਸੰਗ ਵਿੱਚ ਜੋੜ ਦੇਣਾ, ਇਹ ਸਮਝਣਾ ਇੱਕ ਮੈਂ ਬੈਠਾ ਹਾਂ, ਦੂਜਾ ਮੇਰਾ ਸਤਿਗੁਰ ਹੈ, ਤੀਜਾ ਵਿੱਚ ਕੋਈ ਨਹੀਂ। ਜਦੋਂ ਇੱਦਾਂ ਦੀ ਵਿਅਕਤੀ ਬਣਦੀ ਹੈ ਤੇ ਜਿਹੜੀ ਅੰਤਰ ਆਤਮੇ ਦੀ ਲਿਵ ਹੈ ਉਹ ਪਰਮੇਸ਼ਰ ਦੇ ਨਾਲ ਜੁੜ ਜਾਂਦੀ ਹੈ, ਤਾਂ ਇਨਸਾਨ ਸਹੀ ਲਫ਼ਜ਼ਾਂ ਦੇ ਵਿੱਚ ਸਤਸੰਗ ਦਾ ਸਹੀ ਮਨੋਰਥ ਹਾਸਲ ਕਰ ਜਾਂਦਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਜਿਤਨਾ ਕੁ ਸਮਾਂ ਹੈ ਆਓ ਆਪਣੀਆਂ ਬੇਨਤੀਆਂ ਨੂੰ ਪ੍ਰਗਟ ਕਰੀਏ, ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਹਾਜ਼ਰੀ ਦਵਾਈਏ, ਸਾਰੀ ਸੰਗਤ ਪ੍ਰੇਮ ਦੇ ਨਾਲ ਜਗਾਰਾ ਵਜਾਓ ਜੀ, ਜੋ ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ। ਸੋ ਸਤਸੰਗ ਕੀਰਤਨ ਦਾ ਆਗਾਜ਼ ਕਰ ਰਹੇ ਹਾਂ, ਧੰਨ ਸਤਿਗੁਰੂ ਰਵਿਦਾਸ ਮਹਾਰਾਜ ਦੀ ਪਾਵਨ ਰਸਮ ਦਾ ਉਚਾਰਨ ਕੀਤਾ ਗਿਆ ਪਾਵਨ ਪਵਿੱਤਰ ਸ਼ਬਦ। ਸਗਲ ਭਵਨ ਕੇ ਨਾਇਕਾ ਇੱਕ ਛਿੰਨ ਦਰਸ਼ ਦਿਖਾਏ ਜੀ, ਇਸ ਪਾਵਨ ਸ਼ਬਦ ਦੇ ਰਾਹੀਂ। ਹੈਲੋ ਸਤਿਗੁਰੂ ਮਹਾਰਾਜ ਉਸ ਪਰਬ੍ਰਹਮ ਪਰਮਾਤਮਾ ਨੂੰ ਮੁਖਾਤਬ ਹੋ ਕੇ ਫਰਮਾ ਰਹੇ ਨੇ ਕਿ ਹੇ ਪ੍ਰਭੂ ਤੂੰ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਤੂੰ ਇਸ ਸੰਸਾਰ ਦੇ ਕਣ ਕਣ ਵਿੱਚ ਸਮਾਇਆ ਵੀ ਹੋਇਆ ਹੈ, ਕਿਤੇ ਦੂਰ ਵੀ ਨਹੀਂ ਹੈ, ਪਰ ਇਨਸਾਨ ਦੀ ਬਿਰਤੀ ਕੈਸੀ ਬਣੀ ਹੋਈ ਹੈ
ਉਹਨੂੰ ਹੀ ਸੰਸਾਰ ਸਮਝ ਬੈਠਦਾ ਹੈ। ਇਸ ਤੋਂ ਬਾਅਦ ਹੋਰ ਕੋਈ ਸੰਸਾਰ ਨਹੀਂ ਸਮਝਦਾ। ਮਹਾਰਾਜ ਕਹਿੰਦੇ ਕੂਪ ਭਰੇ ਹੋ ਜੈਸੇ ਦਾਦਰਾ ਕਛ ਦੇਸ਼ ਵਿਦੇਸ਼ ਨਾ ਬੂਝ ਐਸੇ ਮੇਰਾ ਮਨ ਵਿਖਿਆ ਵਿਮੋਹਿਆ ਕਛ ਆਰਾ ਪਾਰ ਨਾ ਸਮਝ। ਹੇ ਪ੍ਰਭੂ ਹੇ ਅਕਾਲ ਪੁਰਖ ਅੰਤਰਜਾਮੀ ਜੀ, ਇਸੇ ਪ੍ਰਕਾਰ ਸਾਡਾ ਸੰਸਾਰੀ ਲੋਕਾਂ ਦਾ ਮਨ ਵੀ ਇੱਦਾਂ ਦਾ ਬਣਿਆ ਹੋਇਆ ਹੈ। ਅਸੀਂ ਇਸ ਮੋਹ ਮਾਇਆ ਦੇ ਜਾਲ ਵਿੱਚ ਰਹਿ ਕੇ ਆਪਣੇ ਚੁਗਿਰਦੇ ਤੋਂ ਕਦੀ ਬਾਹਰ ਨਿਕਲ ਕੇ ਤੈਨੂੰ ਪਾਪੜ ਦਾ ਯਤਨ ਨਹੀਂ ਕੀਤਾ, ਕਦੀ ਤੈਨੂੰ ਮਿਲਣ ਦੀ ਅਸੀਂ ਮਨ ਵਿੱਚ ਉਮੰਗ ਪੈਦਾ ਹੀ ਨਹੀਂ ਕਰਦੇ, ਕਿਉਂਕਿ ਤੂੰ ਤੇ ਵਿਸ਼ਾਲ ਹੈ, ਤੂੰ ਤਾਂ ਖੰਡਾਂ ਬ੍ਰਹਿਮੰਡਾਂ ਵਿੱਚ ਵੀ ਰਮਿਆ ਹੋਇਆ ਹੈ, ਪਰ ਅਸੀਂ ਇੱਕ ਆਪਣੇ ਹੀ ਦਾਇਰੇ ਵਿੱਚ ਬੈਠੇ ਹਾਂ। ਇਹ ਪ੍ਰਭੂ ਸਾਡੀ ਵਿਅਕਤੀ ਏਦਾਂ ਦੀ ਬਣੇ, ਸਾਡੀ ਉੱਚੀ ਸੁੱਚੀ ਸੋਚ ਇਤਨੀ ਵੱਡੀ ਬਣੇ ਕਿ ਹਰ ਜੀਵ ਦੇ ਵਿੱਚ ਤੈਨੂੰ ਦੇਖ ਸਕੀਏ, ਐਸੀ ਸਾਡੇ ਤੇ ਬਖਸ਼ਿਸ਼ ਕਰ। ਆਓ ਜਿਸ ਤਰ੍ਹਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਪਰਮਾਤਮਾ ਨੂੰ ਬੇਨਤੀ ਕਰ ਰਹੇ ਹਾਂ, ਆਪਾਂ ਆਪਣੀ ਬੇਨਤੀ ਆਪਣੇ ਸਤਿਗੁਰਾਂ ਦੇ ਚਰਨਾਂ ਵਿੱਚ ਰੱਖਣਾ ਕਰੀਏ ਕਿ ਹੇ ਮਾਲਕ ਸਤਿਗੁਰੂ ਜੀ, ਸਾਡੇ ਤੇ ਵੀ ਕਿਰਪਾ ਕਰੋ, ਸਾਨੂੰ ਇੱਕ ਚੰਗੀ ਉੱਚੀ ਸੋਚ ਉੱਚੀ ਬੁੱਧ ਬਖਸ਼ੋ, ਜਿਸ ਦੇ ਨਾਲ ਅਸੀਂ ਇਸ ਸੰਸਾਰ ਵਿੱਚ ਰਹਿੰਦੇ ਹੋਏ ਸਮਾਜ ਸੇਵਾ ਕਰਕੇ ਔਰ ਉਸ ਪਾਰ ਬ੍ਰਹਮ ਪਰਮਾਤਮਾ ਦੇ ਨਾਲ ਆਪਣਾ ਮਿਲਾਪ ਕਰ ਸਕੀਏ, ਸੇਵਾ ਦੇ ਸਿਮਰਨ ਵਾਲਾ ਜੀਵਨ ਬਣਾ ਸਕੀਏ। ਔਰ ਇਸ ਸ਼ਬਦ ਦੇ ਰਾਹੀਂ ਅਰਦਾਸ ਕੀਤੀ ਉਸ ਅਕਾਲ ਪੁਰਖ ਪਰਮਾਤਮਾ ਜੀ ਦੇ ਚਰਨਾਂ ਵਿੱਚ ਰੱਖਣ ਦਾ ਯਤਨ ਕਰੀਏ। ਪਵਣ ਤੇ ਨਾਏ ਤਾ ਇੱਕ ਚਿੰਨ